ਸਿੱਖ ਤਾਂ ਸਮੁੰਦਰ ਆ, ਇਹਦਾ ਜਿੰਨਾ ਸਿੱਖੀ ਜਾਵਾਂਗੇ ਉਨੀ ਡੂੰਘਾਈ 'ਚ ਜਾਈ ਜਾਵਾਂਗੇ। ਇਹ ਬੜੇ ਪੰਜਾਬੀਆਂ ਨੂੰ ਪਤਾ ਵੀ ਨਹੀਂ ਹੋਣਾ ਵੀ ਅਲਗੋਜ਼ੇ ਹੁੰਦਾ ਕੀ ਆ, ਹੈ ਨਾ। ਇੱਕ ਕੁੜੀ ਹੋ ਕੇ ਤੁਸੀਂ ਅਲਗੋਜ਼ੇ ਵਜਾਉਣੇ, ਇਹ ਮਤਲਬ ਕਿੱਦਾਂ ਦਿਮਾਗ 'ਚ ਆਇਆ? ਪੁਰਾਣੇ ਬਜ਼ੁਰਗਾਂ ਦੀ ਕਹਾਵਤ ਹੈ ਕਿ ਕੁੜੀਆਂ ਲੋਕ ਜਿਹੜੇ ਵਿੰਡ ਇੰਸਟਰੂਮੈਂਟਸ ਨੂੰ ਨਹੀਂ ਵਜਾ ਸਕਦੀਆਂ ਕਿ ਢਿੱਡ ਤੋਂ ਜ਼ੋਰ ਲੱਗਦਾ। ਅੱਛਾ, ਤੁਹਾਨੂੰ ਇਹ ਕਿੱਦਾਂ ਪਤਾ ਲੱਗਿਆ ਵੀ ਤੁਸੀਂ ਹੀ ਇਕਲੌਤੀ ਜਿਹੜੀ ਪੰਜਾਬ ਦੀ ਧੀ ਉਹ ਜਿਹੜੇ ਅਲਗੋਜ਼ੇ ਵਜਾਉਂਦੇ ਹੋ, ਕੋਈ ਹੋਰ ਨਹੀਂ ਵਜਾਉਂਦਾ? ਇਹਦੀ ਫਿਰ ਕੋਈ ਸਪੈਸ਼ਲ ਟ੍ਰੇਨਿੰਗ ਲੈਣੀ ਪੈਂਦੀ ਆ? ਹਾਂਜੀ, ਇਹਦੀ ਸਟਾਰਟਿੰਗ ਹੁੰਦੀ ਹੈ ਜਿਵੇਂ ਪਾਣੀ ਦੇ ਵਿੱਚ ਅਸੀਂ ਬੁਲਬੁਲੇ ਬਣਾਉਣੇ ਹੁੰਦੇ ਨੇ। ਓਕੇ, ਉਹ ਟੁੱਟਣੇ ਨਹੀਂ ਚਾਹੀਦੇ, ਜੇ ਉਹ ਟੁੱਟੇਗਾ ਇਟ ਮੀਨਸ ਤੁਹਾਡਾ ਸਾਹ ਟੁੱਟ ਜਾਵੇ। ਮੈਂ ਇੰਡੀਆ 'ਚ ਕਾਫੀ ਜਗ੍ਹਾ 'ਤੇ ਪਰਫੋਰਮ ਕਰ ਚੁੱਕੀ ਹਾਂ, ਚੰਡੀਗੜ੍ਹ 'ਚ ਬਹੁਤ ਜਗ੍ਹਾ ਪਰਫੋਰਮ ਕਰ ਚੁੱਕੀ ਹਾਂ। ਇੰਟਰਨੈਸ਼ਨਲੀ ਮੈਂ ਹੁਣ ਪਿੱਛੇ ਜੇ ਲਾਸਟ ਈਅਰ UK ਗਈ ਸੀਗੀ, ਉੱਥੇ ਲੈਂਗੋਲਿਨ ਫੈਸਟੀਵਲ ਹੁੰਦਾ, ਮਿਊਜ਼ਿਕ ਫੈਸਟੀਵਲ, ਅਤੇ ਉੱਥੇ ਪਰਫੋਰਮ ਕੀਤਾ ਸੀ, ਫਿਰ ਇਜਿਪਟ, ਵੀਤਨਾਮ। ਪਹਿਲਾਂ ਤਾਂ ਆਪਣੇ ਯੂਥ ਨੂੰ ਬਹੁਤੀ ਨੌਲੇਜ ਨਹੀਂ ਸੀ ਇਸ ਚੀਜ਼ ਦੀ ਕਿ, ਹੈ ਨਾ, ਕਈ ਵਾਰੀ ਕੁਐਸਚਨ ਪੁੱਟ ਹੁੰਦਾ ਸੀ ਕਿ ਕਿਹੜਾ ਸਾਜ਼ ਹੈ ਕੀ ਹੈ, ਕਿਉਂਕਿ ਹਰ ਕਿਸੇ ਨੂੰ ਕਿਉਰਿਓਸਿਟੀ ਹੁੰਦੀ ਹੈ ਜਾਣਨ ਵਾਲੀ। ਮੇਰੀ ਸਾਰੀ ਫੈਮਿਲੀ ਜਿਵੇਂ ਇੰਡਸਟਰੀ ਦੇ ਵਿੱਚ ਹੀ ਹੈ, ਪਾਪਾ ਵੀ, ਮੰਮਾ ਵੀ, ਭਰਾ ਵੀ, ਅਤੇ ਸਾਰਿਆਂ ਵੱਲੋਂ ਸਪੋਰਟ ਮਿਲਦੀ ਹੈ। ਸਾਰੇ ਮਤਲਬ ਉਹ ਕਹਿੰਦੇ ਨੇ ਕਿ ਤੇਰੇ ਲਈ ਖੁੱਲ੍ਹਾ ਆਸਮਾਨ ਦਿੱਤਾ ਹੋਇਆ, ਤੂੰ ਉੱਡ ਜਿੰਨਾ ਉੱਡਣਾ ਅਸੀਂ ਤੇਰੇ ਨਾਲ। ਅੱਛਾ, ਘਰਦਿਆਂ ਨੇ ਜੇ ਆਜ਼ਾਦੀ ਦਿੱਤੀ ਆ, ਤੁਸੀਂ ਉਹਦਾ ਨਿੱਘ ਵੀ ਮਾਣ ਰਹੇ ਹੋ ਅਤੇ ਕਿਤੇ ਨਾ ਕਿਤੇ ਉਹਦਾ ਸਹੀ ਇਸਤੇਮਾਲ ਵੀ ਕੀਤਾ ਤੁਸੀਂ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਡਾਇਰੀਜ਼ ਦੇਖ ਰਹੇ ਹੋ ਤੁਸੀਂ ਅਤੇ ਮੈਂ ਪਰਮਿੰਦਰ ਸਿੰਘ ਆਪ ਸਭ ਦਾ ਸਵਾਗਤ ਕਰਦਾ ਅਤੇ ਉਮੀਦ ਕਰਦਾ ਤੁਸੀਂ ਸਾਰੇ ਰਾਜੀ ਬਾਜੀ ਹੋਵੋਗੇ। ਦੋਸਤੋ, ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਲੋਕ ਸਾਜ, ਲੋਕ ਗੀਤ ਕਿਤੇ ਨਾ ਕਿਤੇ ਅੱਜ ਦੱਸਿਆ ਜਾਂਦਾ ਹੈ ਕਿ ਕਿਤੇ ਨਾ ਕਿਤੇ ਅਲੋਪ ਹੋ ਰਹੇ ਨੇ, ਪਰ ਅੱਜ ਵੀ ਨੌਜਵਾਨ ਜਿਹੜੇ ਆ ਇਹਨਾਂ ਸਾਜ਼ਾਂ ਨੂੰ, ਇਹਨਾਂ ਲੋਕ ਗੀਤਾਂ ਨੂੰ ਸੰਭਾਲਣਾ ਚਾਹੁੰਦੇ ਨੇ, ਰੁਚੀ ਦਿਖਾਉਂਦੇ ਨੇ। ਅਤੇ ਹੈਰਾਨੀ ਵਾਲੀ ਗੱਲ ਉਦੋਂ ਹੋ ਜਾਂਦੀ ਹੈ ਜਦੋਂ ਇੱਕ ਪੰਜਾਬ ਦੀ ਧੀ ਜਿਹੜੀ ਹੈ ਉਹ ਇਹਨਾਂ ਸਾਜ਼ਾਂ ਨੂੰ ਜਿਹੜਾ ਸੰਭਾਲ ਰਹੀ ਹੈ, ਉਹਨਾਂ ਨੂੰ ਵਜਾਉਂਦੀ ਹੈ ਅਤੇ ਦੇਸ਼ਾਂ ਵਿਦੇਸ਼ਾਂ ਤੱਕ ਪੰਜਾਬ ਦੇ ਲੋਕ ਸਾਜ਼ਾਂ ਨੂੰ ਪਹੁੰਚਾਇਆ। ਅੱਜ ਸਾਡੇ ਸਟੂਡੀਓ ਦੇ ਵਿੱਚ ਇੱਕ ਐਸੀ ਪੰਜਾਬ ਦੀ ਧੀ ਬੈਠੀ ਹੈ ਜਿਹੜੀ ਕਿ ਅਲਗੋਜ਼ਾ ਵਾਦਕ ਨੇ, ਜਿਹੜੇ ਅਲਗੋਜ਼ਾ ਵਜਾਉਂਦੇ ਨੇ, ਜਿਹੜਾ ਪੰਜਾਬ ਦਾ ਬੜਾ ਮਿੱਠਾ ਜਿਹਾ ਸਾਜ਼ ਹੈ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਉਸ ਧੀ ਦਾ ਜਿਹੜਾ ਨਾਮ ਹੈ ਉਹ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਸ਼ਾਮਲ ਹੋਇਆ, ਕਿਉਂਕਿ ਇਕਲੌਤੀ ਪੰਜਾਬ ਦੀ ਉਹ ਧੀ ਹੈ ਜਿਹੜੀ ਅਲਗੋਜ਼ਾ ਵਾਦਕ ਹੈ। ਆਉਣ ਦਾ ਸਵਾਗਤ ਕਰਦੇ ਹਾਂ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ। ਉਹਨਾਂ ਨੇ ਇਹ ਅਲਗੋਜ਼ੇ ਕਿੱਥੋਂ ਵਜਾਉਣੇ ਸਿੱਖੇ ਅਤੇ ਅੱਜ ਕੱਲ੍ਹ ਉਹ ਕੀ ਕਰ ਰਹੇ ਨੇ ਅਤੇ ਕਿੱਥੇ ਕਿੱਥੇ ਇਸ ਸਾਜ਼ ਦਾ ਜਿਹੜਾ ਮਿੱਠਾ ਰਸ ਹੈ ਉਹ ਖਿਲਾਰ ਸਕੇ ਨੇ। ਆਉਣ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਹੋ ਮੈਮ, ਚੜ੍ਹਦੀ ਕਲਾ? ਜੀ, ਮੈਨੂੰ ਬੜਾ ਪ੍ਰਾਊਡ ਫੀਲ ਹੋਇਆ ਜਦੋਂ ਮੈਂ ਤੁਹਾਨੂੰ ਦੇਖਿਆ, ਸਿਰ 'ਤੇ ਤੁਸੀਂ ਦੁਮਾਲਾ ਸਜਾਇਆ ਹੋਇਆ ਅਤੇ ਸੂਟ ਦੇ ਵਿੱਚ ਤੁਸੀਂ ਆਏ ਹੋ ਅਤੇ ਹੱਥ ਵਿੱਚ ਤੁਹਾਡੇ ਅਲਗੋਜ਼ੇ ਨੇ ਅਤੇ ਬੜਾ ਵਧੀਆ ਤੁਹਾਡਾ ਸਰੂਪ ਹੈ। ਮੈਨੂੰ ਬੜਾ ਇੱਕ ਸਿੱਖ ਹੋਣ 'ਤੇ ਬੜਾ ਤੁਹਾਡੇ 'ਤੇ ਮਾਣ ਮਹਿਸੂਸ ਹੋਇਆ। ਸਭ ਤੋਂ ਪਹਿਲੇ ਮੈਂ ਇਹੀ ਜਾਣਨਾ ਚਾਹੂੰਗਾ ਵੀ ਅਲਗੋਜ਼ੇ ਜਿਹੜਾ ਕਿ ਪੰਜਾਬੀ ਲੋਕ ਸਾਜ਼ ਆ, ਕਿਤੇ ਨਾ ਕਿਤੇ ਅੱਜ ਲੁਪਤ ਵੀ ਹੋ ਰਿਹਾ, ਬੜੇ ਪੰਜਾਬੀ ਨੂੰ ਪਤਾ ਵੀ ਨਹੀਂ ਹੋਣਾ ਵੀ ਅਲਗੋਜ਼ੇ ਹੁੰਦਾ ਕੀ ਆ, ਹੈ ਨਾ। ਇੱਕ ਕੁੜੀ ਹੋ ਕੇ ਤੁਸੀਂ ਅਲਗੋਜ਼ੇ ਵਜਾਉਣੇ, ਇਹ ਮਤਲਬ ਕਿੱਦਾਂ ਦਿਮਾਗ 'ਚ ਆਇਆ? ਅਸੀਂ ਜਿਵੇਂ ਛੋਟੇ ਹੁੰਦੇ ਫੈਮਿਲੀ ਦੇ ਨਾਲ ਪ੍ਰੋਗਰਾਮਸ 'ਤੇ ਜਾਂਦੇ ਹੁੰਦੇ ਸੀ ਅਤੇ ਉਦੋਂ ਸਾਜ਼ ਸੁਣਦੇ ਹੁੰਦੇ ਸੀ ਅਲੱਗ ਅਲੱਗ, ਅਤੇ ਬੜਾ ਇੰਟਰਸਟਿੰਗ ਲੱਗਦਾ ਹੁੰਦਾ ਸੀ ਅਤੇ ਮੈਂ ਪਾਪਾ ਨੂੰ ਕਹਿੰਦੀ ਹੁੰਦੀ ਸੀ ਕਿ ਮੈਂ ਕੋਈ ਨਾ ਕੋਈ ਇੰਸਟਰੂਮੈਂਟ ਜ਼ਰੂਰ ਸਿੱਖਣਾ। ਅਤੇ ਇੱਦਾਂ ਹੀ ਇੱਕ ਇਵੈਂਟ ਸੀਗਾ, ਮੇਰੇ ਉਸਤਾਦ ਜੀ ਨੇ ਸਰਦਾਰ ਕਰਮਜੀਤ ਸਿੰਘ ਬੱਗਾ ਜੀ, ਉਹਨਾਂ ਦਾ ਇੱਕ ਇਵੈਂਟ ਸੀਗਾ, ਆਪਣਾ ਗੁਰੂ ਚੇਲਾ ਪ੍ਰੋਗਰਾਮ ਸੀਗਾ, ਅਤੇ ਉੱਥੇ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਅੱਜ ਤੱਕ ਕਦੇ ਕਿਸੇ ਕੁੜੀ ਨੂੰ ਕਿਉਂ ਨਹੀਂ ਸਿਖਾਇਆ? ਅਤੇ ਉਸਤਾਦ ਜੀ ਕਹਿੰਦੇ ਕਿ ਅੱਜ ਤੱਕ ਕੋਈ ਕੁੜੀ ਅੱਗੇ ਹੀ ਨਹੀਂ ਆਈ, ਕਿਉਂਕਿ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਹੈ ਕਿ ਕੁੜੀਆਂ ਲੋਕ ਜਿਹੜੇ ਵਿੰਡ ਇੰਸਟਰੂਮੈਂਟਸ ਨੂੰ ਨਹੀਂ ਵਜਾ ਸਕਦੀਆਂ ਕਿ ਢਿੱਡ ਤੋਂ ਜ਼ੋਰ ਲੱਗਦਾ। ਅਤੇ ਇੱਦਾਂ ਹੀ ਫਿਰ ਪਾਪਾ ਨੇ ਕਿਹਾ ਕਿ ਜੇ ਕੋਈ ਕੁੜੀ ਅੱਜ ਤੱਕ ਅੱਗੇ ਨਹੀਂ ਆਈ ਤਾਂ ਮੇਰੀ ਬੇਟੀ ਤੋਂ ਇਸ ਚੀਜ਼ ਦੀ ਸ਼ੁਰੂਆਤ ਹੋਵੇ। ਉਸ ਦਿਨ ਤੋਂ ਫਿਰ ਮੇਰੇ ਅਲਗੋਜ਼ਿਆਂ ਦਾ ਸਫ਼ਰ ਸ਼ੁਰੂ ਹੋ ਗਿਆ ਸੀ। ਕਿਆ ਬਾਤ ਹੈ, ਕਿੰਨਾ ਟਾਈਮ ਹੋ ਗਿਆ ਤੁਹਾਨੂੰ ਅਲਗੋਜ਼ੇ ਪਲੇ ਕਰਦੇ ਨੂੰ? ਹੁਣ ਮੈਨੂੰ ਲਗਭਗ ਜਿਵੇਂ ਪ੍ਰੋਪਰ ਕਹਾਂ ਤਾਂ ਮੈਨੂੰ 4 ਸਾਲ ਹੋ ਗਏ ਨੇ।
4 ਸਾਲ ਤੋਂ ਤੁਸੀਂ ਅਲਗੋਜ਼ ਦੇ ਵਜਾ ਰਹੇ ਹੋ। ਅੱਛਾ, ਤੁਹਾਨੂੰ ਇਹ ਕਿੱਦਾਂ ਪਤਾ ਲੱਗਿਆ ਵੀ ਤੁਸੀਂ ਹੀ ਇਕਲੌਤੀ ਜਿਹੜੀ ਪੰਜਾਬ ਦੀ ਧੀ ਹੋ ਜਿਹੜੀ ਅਲਗੋਜ਼ੇ ਵਜਾਉਂਦੇ ਹੋ, ਕੋਈ ਹੋਰ ਨਹੀਂ ਵਜਾਉਂਦਾ? ਇਹ ਵੀ ਅਸੀਂ 6 ਮਹੀਨੇ ਪਹਿਲਾਂ ਅਸੀਂ ਪ੍ਰੋਪਰ ਰਿਸਰਚ ਕੀਤੀ ਨੈਟ ਤੇ, ਅਸੀਂ ਲੋਕਾਂ ਨੂੰ ਵੀ ਪੁੱਛਿਆ ਜਿਹੜੇ ਹੋਰ ਵੀ ਵਜਾਉਂਦੇ ਨੇ। ਅੱਛਾ, ਸਿੱਖਣ ਤੋਂ ਪਹਿਲੇ ਤੁਸੀਂ ਇਹ ਸਰਚ ਕੀਤਾ? ਜੀ, ਜਦੋਂ ਮੈਂ ਸਿੱਖ ਰਹੀ ਸੀ ਉਸ ਦੌਰਾਨ ਸਾਰਾ ਕੁਝ ਕੀਤਾ। ਉਸਤਾਦ ਜੀ ਨੇ ਵੀ ਸਭ ਨੂੰ ਪੁੱਛਿਆ, ਅਸੀਂ ਵੀ ਜਿਹੜੇ ਜਿਹੜੇ ਸਿਖਾਉਂਦੇ ਨੇ ਉਹਨਾਂ ਨੂੰ ਵੀ ਕਿਹਾ ਕਿ ਕੋਈ ਕੁੜੀ ਹੈਗੀ ਇਸ ਫੀਲਡ ਦੇ ਵਿੱਚ, ਤਾਂ ਕਿਸੇ ਨੇ ਕਿਸੇ ਦਾ ਨਾਮ ਹੀ ਨਹੀਂ ਲਿੱਤਾ ਕਿ ਨਹੀਂ, ਕਹਿੰਦੇ ਕੁੜੀ ਅੱਜ ਤੱਕ ਕਦੇ ਕਿਸੇ ਨੇ ਸਿੱਖਿਆ ਹੀ ਨਹੀਂ। ਤੇ ਯੂਥ ਫੈਸਟ 'ਚ ਕੁੜੀਆਂ ਵਜਾਉਂਦੀਆਂ ਨੇ, ਬਟ ਉਹਨਾਂ ਨੂੰ ਸਾਹ ਪਲਟਾਉਣਾ ਨਹੀਂ ਆਉਂਦਾ, ਉਹ ਸਿੰਗਲ ਇੱਕ ਸਾਹ 'ਚ ਵਜਾ ਦਿੰਦੀਆਂ ਨੇ, ਜਿਵੇਂ ਕੁਛ ਕੁ ਸੈਕਿੰਡ ਵਜਾ ਸਕਦੇ। ਸਾਹ ਪਲਟਾਉਣਾ ਕੀ ਹੁੰਦਾ? ਸਾਹ ਪਲਟਾਉਣਾ ਹੁੰਦਾ ਕਿ ਢਿੱਡ ਤੋਂ ਸਾਹ ਖਿੱਚਣਾ ਹੁੰਦਾ, ਇਨਹੇਲ ਐਕਸੇਲ ਦਾ ਕੰਮ ਹੁੰਦਾ। ਜਿਵੇਂ ਇੱਕ ਵਾਰੀ ਆਪਾਂ ਸਾਹ ਲੈ ਲਿਆ ਅਲਗੋਜ਼ੇ ਵਜਾਉਣ ਲੱਗ ਗਏ, ਫਿਰ ਉਹ ਇਨਹੇਲ ਐਕਸੇਲ ਹੈ, ਕੰਟੀਨਿਊ ਸਾਹ ਦੀ ਇੱਕ ਕੰਟੀਨਿਊਟੀ ਹੁੰਦੀ ਹੈ, ਉਹਨੂੰ ਮੇਨਟੇਨ ਕਰਕੇ ਰੱਖਣਾ। ਇਹਦੀ ਫਿਰ ਕੋਈ ਸਪੈਸ਼ਲ ਟ੍ਰੇਨਿੰਗ ਲੈਣੀ ਪੈਂਦੀ ਆ? ਹਾਂਜੀ, ਇਹਦੀ ਸਟਾਰਟਿੰਗ ਹੁੰਦੀ ਹੈ, ਜਿਵੇਂ ਪਾਣੀ ਦੇ ਵਿੱਚ ਅਸੀਂ ਬੁਲਬੁਲੇ ਬਣਾਉਣੇ ਹੁੰਦੇ ਨੇ। ਓਕੇ, ਤੇ ਉਹ ਟੁੱਟਣੇ ਨਹੀਂ ਚਾਹੀਦੇ, ਜੇ ਉਹ ਟੁੱਟੇਗਾ ਇਟ ਮੀਨਸ ਤੁਹਾਡਾ ਸਾਹ ਟੁੱਟਦਾ ਪਿਆ। ਓਕੇ ਜੀ, ਬੜੀ ਤਕੜੀ ਫਿਰ ਤਾਂ ਮਿਹਨਤ ਇਹਦੇ ਵਿੱਚ। ਜੀ, ਇਹਦੇ ਵਿੱਚ ਤਾਂ ਹੀ ਇਸ ਚੀਜ਼ ਕਰਕੇ ਸਭ ਨੂੰ ਪੁੱਛਿਆ ਸੀਗਾ ਕਿ ਕੋਈ ਹੈ ਕੁੜੀ ਕਿ ਨਹੀਂ, ਤੇ ਕਿਸੇ ਨੇ ਵੀ ਹਾਮੀ ਨਹੀਂ ਭਰੀ, ਤਾਂ ਫਿਰ ਉਦੋਂ 6 ਮਹੀਨਿਆਂ ਬਾਅਦ ਅਨਾਊਂਸ ਕੀਤਾ ਸੀਗਾ ਕਿ ਮੈਂ ਵਰਲਡ ਦੀ ਪਹਿਲੀ ਕੁੜੀ ਹਾਂ। ਅੱਛਾ, ਤੁਸੀਂ ਵੀ ਪਾਣੀ ਦੇ ਵਿੱਚ ਅਭਿਆਸ ਕਰਦੇ ਰਹੇ ਹੋ? ਜੀ, ਬਿਲਕੁਲ। ਕਿੰਨਾ ਟਾਈਮ ਅਭਿਆਸ ਕੀਤਾ ਤੁਸੀਂ? ਸਟਾਰਟਿੰਗ 'ਚ ਤਾਂ ਬੜਾ ਔਖਾ ਹੁੰਦਾ ਸੀਗਾ, ਪਹਿਲਾਂ ਤਾਂ 15 ਦਿਨ ਤਾਂ ਸਮਝ ਹੀ ਨਹੀਂ ਆਈ। ਮੈਨੂੰ ਤਾਂ ਸੁਣ ਕੇ ਹੀ ਬੜਾ ਔਖਾ ਲੱਗ ਰਿਹਾ। 15 ਦਿਨ ਤਾਂ ਸਮਝ ਹੀ ਨਹੀਂ ਆਈ ਕਿ ਕਿਵੇਂ ਕਰਨਾ ਹੈ, ਕਿਵੇਂ ਨਹੀਂ। ਉਦੋਂ ਲਾਈਕ ਬੰਦਾ ਇੱਕ ਵਾਰੀ ਮਨ ਹਾਰ ਜਾਂਦਾ ਕਿ ਨਹੀਂ ਮੇਰੇ ਤੋਂ ਨਹੀਂ ਹੋਣਾ। ਫਿਰ ਉਸਤਾਦ ਜੀ ਨੇ ਕਿਹਾ ਸੀ ਕਿ ਜੇ ਆਹ ਵਾਲਾ ਮਤਲਬ ਪੂਰਾ ਕਰ ਲੇਂਗੀ ਜਿਹੜਾ ਪੜਾਅ ਹੈਗਾ, ਤੇ ਅੱਗੇ ਈਜ਼ੀ ਹੋ ਜਾਏਗਾ। ਬਿਲਕੁਲ ਬਿਲਕੁਲ, ਤੇ ਬੜੀ ਜਲਦੀ ਰਿਕਵਰੀ ਹੋ ਗਈ ਸੀ ਉਸ ਚੀਜ਼ ਦੀ, ਪਾਣੀ 'ਚ ਸਾਹ ਉਲਟਾਉਣ ਦੀ। ਬਹੁਤ ਖੂਬ, ਬਹੁਤ ਖੂਬ। ਅੱਛਾ, ਪਹਿਲੇ ਆਪਾਂ ਥੋੜ੍ਹਾ ਜਿਹਾ ਮਾਹੌਲ ਬਣਾਉਂਦੇ ਹਾਂ, ਇੱਕ ਵਾਰ ਕੋਈ ਥੋੜ੍ਹੇ ਸੁਰ ਛੇੜੋ ਫਿਰ ਅਲਗੋਜ਼ੇ ਦੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਖੂਬ, ਬਹੁਤ ਖੂਬ। ਕਿੰਨੇ ਟਾਈਮ 'ਚ ਸਿੱਖ ਗਏ ਸੀ ਤੁਸੀਂ? ਜਦੋਂ ਸਾਹ ਪਟਾਉਣਾ ਸਟਾਰਟ ਕਰ ਲਿਆ ਸੀਗਾ, ਫਿਰ ਅਲਗੋਜ਼ਿਆਂ 'ਚ ਹੌਲੀ 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 ਸਿੱਖਣਾ ਸਟਾਰਟ ਕਰਤਾ ਸੀ, ਹਲੇ ਵੀ ਸਿੱਖ ਹੀ ਰਹੇ ਹਾਂ। ਇਹ ਕਹਿੰਦੇ ਆ ਨਾ ਵੀ ਮਿਊਜ਼ਿਕ ਤਾਂ ਸਮੁੰਦਰ ਆ, ਇਹਦਾ ਜਿੰਨਾ ਸਿੱਖੀ ਜਾਵਾਂਗੇ ਉਨੀ ਡੂੰਘਾਈ 'ਚ ਜਾਈ ਜਾਵਾਂਗੇ। ਅੱਛਾ, ਇਹ ਤੋਂ ਇਲਾਵਾ ਤੁਸੀਂ ਹੋਰ ਸਾਜ਼ ਵੀ ਵਜਾਉਂਦੇ ਹੋ, ਕਿਉਂਕਿ ਮਿਊਜ਼ਿਕ ਦੀ ਜਾਣਕਾਰੀ ਹੋਣੀ ਵੀ ਜ਼ਰੂਰੀ ਹੈ ਅਲਗੋਜ਼ੇ ਵਜਾਉਣ ਵਾਸਤੇ? ਥੋੜ੍ਹਾ ਬਹੁਤ ਹੈ, ਬੁੱਕ 'ਚ ਤੇ ਹੱਥ ਮਾਰ ਲਈ ਤਾਂ ਥੋੜ੍ਹਾ ਬਹੁਤ, ਤੁੰਬੀ 'ਤੇ ਵੀ, ਲੋਕ ਸਾਜ ਜਿੰਨੇ ਵੀ ਆ। ਹਾਂਜੀ, ਥੋੜ੍ਹਾ ਥੋੜ੍ਹਾ ਸਾਰਿਆਂ 'ਤੇ। ਕਿਆ ਬਾਤ, ਕਿਆ ਬਾਤ, ਬਹੁਤ ਖੂਬ। ਅੱਛਾ, ਇਹਨਾਂ ਨੂੰ ਤੁਸੀਂ ਕਿੱਥੇ ਕਿੱਥੇ ਪਲੇ ਕਰ ਚੁੱਕੇ ਹੋ ਹੁਣ ਤੱਕ? ਮੈਂ ਇੰਡੀਆ 'ਚ ਕਾਫੀ ਜਗ੍ਹਾ 'ਤੇ ਪਰਫੋਰਮ ਕਰ ਚੁੱਕੀ ਹਾਂ, ਚੰਡੀਗੜ੍ਹ 'ਚ ਬਹੁਤ ਜਗ੍ਹਾ ਪਰਫੋਰਮ ਕਰ ਚੁੱਕੀ ਹਾਂ। ਇੰਟਰਨੈਸ਼ਨਲੀ ਮੈਂ ਹੁਣ ਪਿੱਛੇ ਜੇ ਲਾਸਟ ਈਅਰ UK ਗਈ ਸੀਗੀ, ਉੱਥੇ ਲੈਂਗੋਲਿਨ ਫੈਸਟੀਵਲ ਹੁੰਦਾ, ਮਿਊਜ਼ਿਕ ਫੈਸਟੀਵਲ, ਤੇ ਉੱਥੇ ਪਰਫੋਰਮ ਕੀਤਾ ਸੀ। ਫਿਰ ਇਜਿਪਟ, ਵੀਅਤਨਾਮ, ਅਲੱਗ ਅਲੱਗ ਜਗ੍ਹਾ 'ਤੇ। ਕਿਆ ਬਾਤ, ਮਤਲਬ ਦੇਸ਼ਾਂ ਵਿਦੇਸ਼ਾਂ ਤੱਕ ਤੁਸੀਂ, ਬੜਾ ਮਾਣ ਮਹਿਸੂਸ ਹੋ ਰਿਹਾ ਮੈਨੂੰ ਵੀ ਤੁਹਾਡੇ ਨਾਲ ਮੈਂ ਇੰਟਰਵਿਊ ਕਰ ਰਿਹਾ, ਅਤੇ ਤੁਸੀਂ ਇੱਕ ਲੋਤੀ ਧੀ ਹੋ ਪੰਜਾਬ ਦੀ ਜਿਹੜਾ ਅਲਗੋਜ਼ਾ ਵਾਦਕ ਹੈ। ਅੱਛਾ,
ਤੁਹਾਨੂੰ ਦੇਖ ਕੇ ਲੋਕਾਂ ਦਾ ਰਿਐਕਟ ਕਿਵੇਂ ਦਾ ਹੁੰਦਾ, ਕਿਵੇਂ ਦਾ ਰਿਐਕਸ਼ਨ ਆਉਂਦਾ ਵੀ ਸਾਹਮਣੇ ਵੀ ਇੱਕ ਕੁੜੀ ਹੋ ਕੇ ਅਲਗੋਜ਼ੇ ਵਜਾ ਰਹੀ ਹੈ? ਪਹਿਲਾਂ ਤਾਂ ਆਪਣੇ ਯੂਥ ਨੂੰ ਬਹੁਤੀ ਨੌਲੇਜ ਨਹੀਂ ਸੀ ਇਸ ਚੀਜ਼ ਦੀ ਕਿ ਹੈ ਨਾ, ਕਈ ਵਾਰੀ ਕੁਐਸਚਨ ਪੁੱਟ ਹੁੰਦਾ ਸੀ ਕਿ ਕਿਹੜਾ ਸਾਜ਼ ਹੈ ਕੀ ਹੈ, ਕਿਉਂਕਿ ਹਰ ਕਿਸੇ ਨੂੰ ਕਿਉਰਿਓਸਿਟੀ ਹੁੰਦੀ ਹੈ ਜਾਣਨ ਬਾਰੇ ਹਰ ਚੀਜ਼ਾਂ ਦੀ। ਅਤੇ ਜਦੋਂ ਹੌਲੀ ਹੌਲੀ ਸਭ ਨੂੰ ਪਤਾ ਲੱਗਿਆ ਕਿ ਲੋਕ ਸਾਜ਼ ਹੈ ਆਪਣਾ, ਕਿਉਂਕਿ ਅਲੋਪ ਹੋਈ ਜਾਂਦਾ ਅੱਜ ਕੱਲ੍ਹ ਲਈ ਹੈ, ਅਤੇ ਯੂਥ ਫੈਸਟੀਵਲਸ 'ਤੇ ਜਦੋਂ ਚੀਜ਼ਾਂ ਅਨਾਊਂਸ ਹੋਈਆਂ ਤਾਂ ਬਹੁਤ ਅੱਛਾ ਲੱਗਦਾ ਕਿ ਸਾਰੇ ਜਣਿਆਂ ਨੂੰ ਇੱਕ ਤਾਂ ਮੇਰੇ ਸਰੂਪ ਕਰਕੇ ਬੜਾ ਐਪਰੀਸ਼ੀਏਟ ਕਰਦੇ ਨੇ, ਅਤੇ ਉੱਪਰੋਂ ਕਹਿੰਦੇ ਨੇ ਕਿ ਕੁੜੀ ਹੋ ਕੇ ਕੀ। ਮੈਨੂੰ ਇਹ ਲੱਗਦਾ ਸੀ ਕਿ ਸ਼ਾਇਦ ਇੱਕ ਫੀਲਡ ਹੀ ਰਹਿ ਗਈ ਕੁੜੀਆਂ ਵਾਸਤੇ, ਹਰ ਫੀਲਡ 'ਚ ਕੁੜੀ ਹੈਗੀ ਹੈ। ਹਾਂ ਬਿਲਕੁਲ ਹੈਗੀਆਂ, ਅਤੇ ਮੈਂ ਕਿਉਂ ਨਾ ਇਹ ਵੀ ਰਾਹ ਖੋਲ ਦਈਏ। ਬਹੁਤ ਖੂਬ, ਬਹੁਤ ਖੂਬ, ਕਿਆ ਬਾਤ ਹੈ। ਅੱਛਾ, ਤੁਹਾਡੇ ਤੋਂ ਬਾਅਦ ਕੋਈ ਹੋਰ ਕੁੜੀ ਨੇ ਟਰਾਈ ਕੀਤਾ ਤੁਹਾਨੂੰ ਦੇਖ ਕੇ ਵੀ ਯਾਰ ਮੈਂ ਵੀ ਚਲੋ ਸਿੱਖਦੀ ਹਾਂ, ਹੈ ਨਾ, ਜੇ ਸਾਡੀ ਭੈਣ ਕਰ ਸਕਦੀ ਹੈ ਫਿਰ ਮੈਂ ਕਿਉਂ ਨਹੀਂ? ਜੀ, ਕੁੜੀਆਂ ਹੈਗੀਆਂ ਨੇ ਅਤੇ ਉਹ ਹੌਲੀ ਹੌਲੀ ਪ੍ਰੈਕਟਿਸ ਕਰ ਰਹੀਆਂ ਨੇ। ਮਤਲਬ ਹੁਣ ਲੱਗ ਗਏ ਹੈ ਨਾ ਇਸ ਫੀਲਡ ਦੇ ਵਿੱਚ, ਤੁਸੀਂ ਰਾਹ ਖੋਲਤਾ। ਜੀ ਬਿਲਕੁਲ। ਅੱਛਾ, ਮੈਨੂੰ ਇਹ ਵੀ ਜਾਣਕਾਰੀ ਮਿਲੀ ਸੀ ਵੀ ਤੁਸੀਂ ਜਿੱਦਾਂ ਦੱਸ ਰਹੇ ਹੋ ਵੀ ਮੈਂ ਹੋਰ ਸਾਜ਼ ਵੀ ਜਿਹੜੇ ਆ ਪਲੇ ਕਰ ਲੈਂਦੇ ਹਾਂ, ਉਹ ਤੋਂ ਇਲਾਵਾ ਤੁਸੀਂ ਘੋੜ ਸਵਾਰੀ ਵੀ ਕਰ ਲੈਂਦੇ ਹੋ ਅਤੇ ਗੱਤਕਾ ਵੀ ਖੇਡਦੇ ਹੋ। ਹਾਂਜੀ ਬਿਲਕੁਲ। ਬਹੁਤ ਖੂਬ, ਬਹੁਤ ਖੂਬ। ਗੱਤਕੇ 'ਚ ਵੀ ਮੇਰਾ ਸਟੇਟ ਅਤੇ ਨੈਸ਼ਨਲ ਦੇ ਵਿੱਚ ਸੈਕਿੰਡ ਪ੍ਰਾਈਜ਼ ਆਇਆ ਹੋਇਆ। ਕਿਆ ਬਾਤ ਹੈ, ਬਹੁਤ ਖੂਬ। ਇਹ ਮੈਨੂੰ ਲੱਗਦਾ ਅੱਜ ਦੇ ਟਾਈਮ ਦੇ ਵਿੱਚ ਹਰੇਕ ਨੂੰ ਹੀ ਸਿੱਖਣਾ ਚਾਹੀਦਾ, ਖਾਸ ਤੌਰ 'ਤੇ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਮੈਨੂੰ ਲੱਗਦਾ ਜ਼ਰੂਰ ਸਿੱਖਣਾ ਚਾਹੀਦਾ। ਜੀ ਬਿਲਕੁਲ, ਬਹੁਤ ਖੂਬ ਜੀ। ਅੱਛਾ, ਘਰਦਿਆਂ ਦਾ ਕਿੱਦਾਂ ਦਾ ਰਿਸਪੋਂਸ? ਵੈਸੇ ਤਾਂ ਤੁਹਾਡੇ ਘਰਦਿਆਂ ਨੇ ਕਿਹਾ ਸਿੱਖਣ ਵਾਸਤੇ, ਅਤੇ ਜਾਂ ਤੁਹਾਡੇ ਦੋਸਤ ਮਿੱਤਰ ਜਾਂ ਹੋਰ ਕਜ਼ਨ ਜਾਂ ਰਿਸ਼ਤੇਦਾਰ, ਉਹਨਾਂ ਦਾ ਕਿੱਦਾਂ ਦਾ ਰਿਸਪੋਂਸ ਸੀ ਨਾਲ? ਉਹ ਕਹਿੰਦੇ ਵੀ ਯਾਰ ਕੀ ਮਤਲਬ ਤੁਸੀਂ ਅਲਗੋਜ਼ੇ? ਮੇਰੀ ਸਾਰੀ ਫੈਮਿਲੀ ਜਿਵੇਂ ਇੰਡਸਟਰੀ ਦੇ ਵਿੱਚ ਹੀ ਹੈ, ਪਾਪਾ ਵੀ, ਮੰਮਾ ਵੀ, ਭਰਾ ਵੀ, ਅਤੇ ਸਾਰਿਆਂ ਵੱਲੋਂ ਸਪੋਰਟ ਮਿਲਦੀ ਹੈ। ਸਾਰੇ ਮਤਲਬ ਉਹ ਕਹਿੰਦੇ ਨੇ ਕਿ ਤੇਰੇ ਲਈ ਖੁੱਲ੍ਹਾ ਆਸਮਾਨ ਦਿੱਤਾ ਹੋਇਆ, ਤੂੰ ਉੱਡ ਜਿੰਨਾ ਉੱਡਣਾ ਸੀ ਤੇਰੇ ਨਾਲ ਆ, ਅਤੇ ਆਈ ਥਿੰਕ ਉਸ ਚੀਜ਼ ਕਰਕੇ ਮੈਂ ਖੁੱਲ੍ਹੀ ਉੱਡ ਰਹੀ ਹਾਂ। ਬਹੁਤ ਖੂਬ, ਬਹੁਤ ਖੂਬ। ਅੱਛਾ, ਘਰਦਿਆਂ ਨੇ ਜੇ ਆਜ਼ਾਦੀ ਦਿੱਤੀ ਆ, ਤੁਸੀਂ ਉਹਦਾ ਨਿੱਘ ਵੀ ਮਾਣ ਰਹੇ ਹੋ ਅਤੇ ਕਿਤੇ ਨਾ ਕਿਤੇ ਉਹਦਾ ਸਹੀ ਇਸਤੇਮਾਲ ਵੀ ਕੀਤਾ ਤੁਸੀਂ। ਬਹੁਤ ਖੂਬ। ਅੱਛਾ, ਇੱਕ ਮੈਂ ਤੁਹਾਡੀ ਇੱਕ ਵੀਡੀਓ ਵੀ ਦੇਖੀ ਸੀ ਕਨਵਰ ਗਰੇਵਾਲ ਹੋਰਾਂ ਦੇ ਨਾਲ, ਵੀ ਤੁਸੀਂ ਤੁਹਾਡਾ ਕੋਈ ਮਿਲਾਪ ਹੋਇਆ ਅਤੇ ਉਹਨਾਂ ਨੇ ਬੜਾ ਐਪਰੀਸ਼ੀਏਟ ਕੀਤਾ ਤੁਹਾਨੂੰ? ਜੀ, ਉਹ ਵੀ ਇੱਦਾਂ ਸੀਗਾ, ਮੰਮਾ ਇੱਕ ਡੱਬਿੰਗ 'ਤੇ ਗਏ ਹੋਏ ਸੀ ਸਟੂਡੀਓ ਦੇ ਵਿੱਚ, ਅਤੇ ਮੈਂ ਉਹਨਾਂ ਦੇ ਨਾਲ ਹੀ ਸੀਗੀ, ਅਤੇ ਉੱਥੇ ਕਨਵਰ ਗਰੇਵਾਲ ਜੀ ਮਿਲੇ ਸੀ, ਤਾਂ ਉਹਨਾਂ ਨੇ ਜਦ ਦੱਸਿਆ ਕਿ ਮੈਂ ਵਰਲਡ ਦੀ ਪਹਿਲੀ ਕੁੜੀ ਹਾਂ ਅਲਗੋਜ਼ੇ ਵਜਾਉਣੇ ਸਟਾਰਟ ਕੀਤੇ ਸੀ ਉਦੋਂ ਮੈਂ, ਅਤੇ ਉਦੋਂ ਬੜਾ ਉਹਨਾਂ ਨੇ ਐਪਰੀਸ਼ੀਏਟ ਕੀਤਾ ਸੀਗਾ। ਜੀ, ਕਿਆ ਬਾਤ ਹੈ। ਅੱਛਾ, ਤੁਸੀਂ ਕਿਸੇ ਗਾਣੇ ਵਿੱਚ ਵੀ ਕੀਤਾ ਰਿਕਾਰਡ ਅਲਗੋਜ਼ਿਆਂ? ਨਹੀਂ, ਹਲੇ ਮੈਂ ਇਸ ਚੀਜ਼ ਦੇ ਵਿੱਚ ਪ੍ਰੋਪਰ ਨਹੀਂ ਆਈ ਹਾਂ, ਹਲੇ ਹੌਲੀ ਹੌਲੀ ਕਰਦੀ ਪਈ ਹਾਂ, ਕਿਉਂਕਿ ਅਲਗੋਜ਼ਿਆਂ ਦਾ ਜਿਵੇਂ ਜਿਹੜਾ ਸਫ਼ਰ ਹੈ, ਉਹ 'ਚ ਹੋਰ ਸਿੱਖੀ ਜਾਵਾਂਗੇ, ਨਵੀਂ ਨਵੀਂ ਟਿਊਨਸ ਆਉਂਦੀਆਂ ਰਹਿੰਦੀਆਂ ਨੇ, ਬਿਲਕੁਲ, ਤਾਂ ਹੌਲੀ ਹੌਲੀ ਇਸ ਚੀਜ਼ 'ਚ ਆਵਾਂਗੇ। ਕਿਹੜੀਆਂ ਕਿਹੜੀਆਂ ਰੀਤਾਂ ਤੁਸੀਂ ਬਜਾ ਲੈਂਦੇ ਹੋ? ਇਹਦੇ ਵਿੱਚ ਇੱਕ ਹੁੰਦੀ ਹੈ ਫਾਸਟ ਫੂਕ ਹੁੰਦੀ ਹੈ, ਜਿਵੇਂ ਡਬਲ ਹੁੰਦੀ ਹੈ ਫੂਕ, ਉਹ ਵੱਜ ਜਾਂਦੀ ਹੈ, ਸਿੰਗਲ ਵੱਜ ਜਾਂਦੀ ਹੈ, ਸਲੋ ਅਤੇ ਫਾਸਟ ਦੋਨੇ ਦੇ ਵਿੱਚ ਸਾਰੀਆਂ ਹੋ ਜਾਂਦੀਆਂ। ਵੈਸੇ ਤਾਂ ਸਾਰੀਆਂ ਹੀ ਔਖੀਆਂ ਹੋਣੀਆਂ, ਇਹਦੇ ਵਿੱਚ ਵਜਾਉਣਾ ਤਾਂ ਔਖਾ ਹੀ ਹੈ, ਜਿੱਦਾਂ ਤੁਸੀਂ ਦੱਸਿਆ ਵੀ ਸਾਹ ਜਿਹੜਾ ਰੋਕ ਕੇ ਚੱਲਣਾ ਪੈਂਦਾ ਸਾਰਾ। ਸਭ ਤੋਂ ਜ਼ਿਆਦਾ ਕੰਪੋਜੀਸ਼ਨ ਕਿਹੜੀ ਔਖੀ ਹੈ ਇਹਦੀ, ਜਿਹੜੀ ਤੁਹਾਨੂੰ ਔਖੀ ਲੱਗਦੀ ਆ? ਮੈਂ ਉਹ ਸਿੱਖਦੀ ਪਈ ਹਾਂ ਹਲੇ, ਅਤੇ ਮੈਂ ਪ੍ਰੋਪਰ, ਉੱਤੇ ਕਈ ਵਾਰੀ ਉਂਗਲ ਵੀ ਉੱਪਰ ਨੀਚੇ ਹੋ ਜਾਂਦੀ ਹੈ, ਉਹ ਰੱਤੀ ਹੈਗੀ ਹੈ। ਓਕੇ, ਹਾਂਜੀ ਠੀਕ ਹੈ। ਕੁਛ ਸੁਣਾਉਣਾ ਚਾਹੋਗੇ ਹੁਣ ਜਿਹੜਾ ਤੁਹਾਨੂੰ ਐਨ ਵਧੀਆ ਪ੍ਰੋਪਰ? ਜੀ, ਬਾਬਾ।
ਕਿਆ ਬਾਤ ਹੈ ਜੀ, ਬਹੁਤ ਖੂਬ ਬਹੁਤ ਖੂਬ। ਅੱਛਾ, ਤੁਹਾਡਾ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਹੈਗਾ, ਹੈ ਨਾ? ਉਹ ਤੋਂ ਇਲਾਵਾ ਕਿਹੜੇ ਮਾਨ ਸਨਮਾਨ ਤੁਹਾਨੂੰ ਮਿਲੇ ਆ? ਮੈਨੂੰ ਡਿਸਟ੍ਰਿਕਟ ਅਵਾਰਡ ਮਿਲਿਆ ਹੋਇਆ ਜੀ, ਸਟੇਟ ਅਵਾਰਡ ਮਿਲਿਆ ਹੋਇਆ, ਤੇ ਨਾਲ ਹੀ ਨਾਲ ਮੈਨੂੰ ਇੰਡੀਆ ਗਵਰਨਮੈਂਟ ਵੱਲੋਂ ਉਸਤਾਦ ਬਿਸਮਿਲ੍ਲਾ ਖਾਨ ਅਵਾਰਡ ਵੀ ਮਿਲਣ ਜਾ ਰਿਹਾ। ਬਹੁਤ ਖੂਬ, ਬਹੁਤ ਖੂਬ। ਉਹ ਵੀ ਮੈਨੂੰ ਲੱਗਦਾ ਉੱਥੇ ਤੱਕ ਪਹੁੰਚਣਾ ਵੀ ਬੜਾ ਔਖਾ ਜੀ। ਬਿਲਕੁਲ। ਲਾਸਟ ਟੀਚਾ ਕੀ ਆ ਵੀ, ਮਤਲਬ ਇਹਦੇ ਵਿੱਚ ਵੀ ਮੈਂ ਆਪਣਾ ਨਾਮ ਗਿਨੀਜ਼ ਬੁੱਕ ਵਿੱਚ ਵੀ ਰਿਕਾਰਡ ਕਰਾਉਣਾ ਚਾਹੁੰਦੇ ਹੋ? ਗਿਨੀਜ਼ ਬੁੱਕ ਵਾਸਤੇ ਤਿਆਰੀ ਚੱਲ ਰਹੀ ਹੈ ਜੀ। ਉਹਦੇ ਵਾਸਤੇ ਸਾਹ ਪਕਾਉਣ ਦੀ ਹੈ ਕਿ ਜਿੰਨਾ ਲੰਮਾ ਸਾਹ ਹੋਏਗਾ ਤੇ ਉਹਨਾਂ ਲੰਮਾ ਸਾਹ ਕਰਕੇ ਫਿਰ ਗਿਨੀਜ਼ ਬੁੱਕ ਵਾਸਤੇ ਵੀ ਤਿਆਰੀ। ਬਹੁਤ ਖੂਬ। ਅੱਛਾ, ਯੂਥ ਫੈਸਟੀਵਲ ਦੇ ਵਿੱਚ ਵੀ ਤੁਸੀਂ ਕਦੀ ਪਲੇ ਕੀਤਾ? ਜੀ, ਮੈਂ ਯੂਥ ਫੈਸਟੀਵਲ SD ਕਾਲਜ ਵੱਲੋਂ ਮੈਂ ਉੱਥੇ ਸਟੱਡੀ ਕੀਤੀ ਸੀਗੀ, ਤਾਂ ਉਸ ਟਾਈਮ ਮੈਂ ਉਦੋਂ ਪਰਫੋਰਮ ਕੀਤਾ ਸੀਗਾ, ਉਦੋਂ ਵੀ ਮੇਰੇ ਇੰਡੀਵਿਜੁਅਲ ਪ੍ਰਾਈਜ਼ ਲੱਗੇ ਸੀ। ਕਿਆ ਬਾਤ ਹੈ। ਅੱਛਾ, ਨਾਲਦਿਆਂ ਦਾ ਕਿਵੇਂ ਦਾ ਰਿਸਪੋਂਸ ਰਹਿੰਦਾ? ਉਹ ਕਦੀ ਕਹਿੰਦੇ ਆ ਵੀ ਸਾਨੂੰ ਵੀ ਸਿਖਾ ਦਿਓ? ਅਲਗੋਜ਼ ਦੇ ਤਾਂ ਆਈ ਥਿੰਕ ਬਹੁਤ ਸਾਰੇ ਜਾਣੇ ਹੈਗੇ ਨੇ ਜਿਹੜੇ ਨਾਲ ਦੇ ਵਜਾਉਂਦੇ ਨੇ ਮੇਰੇ। ਈਵਨ ਮੇਰੇ ਨਾਲ ਹੀ ਨੇ ਮਨਦੀਪ ਸਿੰਘ, ਉਹਨਾਂ ਦਾ ਨਾਮ ਉਸਤਾਦ ਜੀ ਜਦੋਂ ਅਵੇਲੇਬਲ ਹੁੰਦੇ ਉਸਤਾਦ ਜੀ ਕਰਾਉਂਦੇ ਨੇ, ਜੇ ਉਸਤਾਦ ਜੀ ਅਵੇਲੇਬਲ ਨਾ ਹੋਣ ਤਾਂ ਫਿਰ ਮਨਦੀਪ ਸਿੰਘ ਨੇ, ਉਹ ਮੇਰੀ ਹੈਲਪ ਕਰਦੇ ਹੁੰਦੇ ਨੇ ਅਲਗੋਜ਼ੇ ਵਜਾਉਣ 'ਚ। ਬਹੁਤ ਖੂਬ। ਅੱਛਾ, ਤੁਹਾਨੂੰ ਦੱਸੀਏ ਵੀ ਅਸੀਂ ਤੁਹਾਡੇ ਉਸਤਾਦ ਜੀ ਦਾ ਵੀ ਇੰਟਰਵਿਊ ਕੀਤਾ ਸੀਗਾ, ਉਹਨਾਂ ਨੇ ਵੀ ਜ਼ਿਕਰ ਕੀਤਾ ਸੀਗਾ ਤੁਹਾਡਾ। ਉਹਨਾਂ ਨੇ ਸਾਨੂੰ ਦੱਸਿਆ ਸੀਗਾ ਵੀ ਤੁਸੀਂ ਜਿਹੜੇ ਇਕਲੌਤੇ ਹੋ ਜਿਹੜੇ ਉਹਨਾਂ ਕੋਲੋਂ ਸਿੱਖਦੇ ਹੋ, ਅਤੇ ਪੂਰੀ ਦੁਨੀਆ ਦੇ ਵਿੱਚ ਤੁਸੀਂ ਉਹ ਜਿਹੜੇ ਅਲਗੋਜ਼ੇ ਜਿਹੜੇ ਆ ਸਭ ਤੋਂ ਪਹਿਲੇ ਵਜਾਉਣੇ ਸ਼ੁਰੂ ਕੀਤੇ ਆ, ਇਹ ਤਾਂ ਗੱਲ, ਹੈ ਨਾ? ਅਤੇ ਉਸਤਾਦ ਜੀ ਤੋਂ ਕਿੰਨੀਆਂ ਕੁ ਡਾਂਟ ਜਿਹੜੀਆਂ ਪੈਂਦੀਆਂ ਰਹੀਆਂ ਤੁਹਾਨੂੰ? ਉਸਤਾਦ ਜੀ ਬਹੁਤ ਪਿਆਰ ਨਾਲ ਸਿਖਾਉਂਦੇ, ਪਰ ਜਦੋਂ ਕਈ ਵਾਰੀ ਉਹ ਕਹਿਣ ਨਾ ਕਿ ਕੀ ਕਰ ਰਹੀਆਂ ਅੱਗੇ, ਕਈ ਵਾਰੀ ਬਿਜ਼ੀ ਹੋਈਦਾ ਤੇ ਨਹੀਂ ਪ੍ਰੈਕਟਿਸ ਹੁੰਦੀ, ਫਿਰ ਉਹ ਡਾਂਟਦੇ ਨੇ ਕਿ ਨਹੀਂ ਛੱਡਣੇ ਨਹੀਂ ਹੈਗੇ ਕਰਨਾ। ਅੱਛਾ, ਇੱਕ ਉਹਨਾਂ ਨੇ ਇਹ ਵੀ ਕਿਹਾ ਸੀਗਾ ਸਾਨੂੰ ਵੀ ਮੈਂ ਜਿਹੜੇ ਅਲਗੋਜ਼ੇ ਆ ਉਹ ਫ੍ਰੀ ਸਿਖਾਉਣਾ, ਤੁਹਾਡੇ ਤੋਂ ਤਾਂ ਨਹੀਂ ਕੋਈ ਫੀਸ ਲਿੱਤੀ? ਨਹੀਂ, ਬਿਲਕੁਲ ਨਹੀਂ, ਫ੍ਰੀ ਸਿਖਾ ਰਹੇ ਆ। ਬਿਲਕੁਲ ਫ੍ਰੀ ਸਿਖਾਉਂਦੇ। ਕੀ ਬਾਤ ਹੈ। ਅੱਛਾ, ਜੇ ਅੱਗੇ ਤੁਹਾਡੇ ਤੋਂ ਕਿਸੇ ਨੇ ਸਿੱਖਣਾ ਹੋਵੇ? ਬਿਲਕੁਲ ਫ੍ਰੀ ਹੈ, ਤੁਸੀਂ ਵੀ ਫ੍ਰੀ ਸਿਖਾਓ ਜੀ। ਇਹ ਤਾਂ ਇਹ ਚੀਜ਼ ਅਲੋਪ ਹੋ ਰਹੀ ਹੈ, ਤਾਂ ਅਸੀਂ ਚਾਹੁੰਦੇ ਹਾਂ ਕਿ ਯੂਥ ਸਿੱਖੇ ਇਸ ਚੀਜ਼ ਨੂੰ, ਇਸ ਚੀਜ਼ ਨੂੰ ਬਚਾਇਆ ਜਾਵੇ ਜਿੰਨਾ ਹੋ ਸਕਦਾ, ਕਿਉਂਕਿ ਅੱਜ ਦੇ ਯੂਥ ਨੂੰ ਇਹ ਹੁੰਦਾ ਕਿ ਅਸੀਂ ਵੈਲ ਮੇਨਟੇਨ ਹੋ ਕੇ ਤੁਰਾਂਗੇ, ਵੈਲ ਮਤਲਬ ਕੱਪੜੇ ਪਾਵਾਂਗੇ, ਅਸੀਂ ਟ੍ਰੈਂਡਿੰਗ ਦੇ ਉਹਦੇ ਟ੍ਰੈਂਡ ਨਾਲ ਚੱਲਾਂਗੇ, ਤਾਂ ਸ਼ਾਇਦ ਅਸੀਂ ਵਧੀਆ ਸਟੇਟਸ ਦਾ ਉਹ ਮੰਨੇ ਜਾਂਦੇ ਹਾਂ। ਬਟ ਆਈ ਥਿੰਕ ਆਪਣੇ ਪੰਜਾਬੀਅਤ ਦੇ ਨਾਲ, ਆਪਣੇ ਪੰਜਾਬ ਦੇ ਵਿਰਸੇ ਦੇ ਨਾਲ ਜੁੜਨਾ ਬਹੁਤ ਵੱਡੀ ਗੱਲ ਹੈ ਅੱਜ ਦੇ ਟਾਈਮ 'ਚ। ਅੱਜ ਦੇ ਟਾਈਮ 'ਚ ਤਾਂ ਜਿਹੜੇ ਨੌਜਵਾਨ ਆ ਉਹ ਕਹਿੰਦੇ ਵੀ ਸਾਨੂੰ ਗਿਟਾਰ ਸਿਖਾ ਦਿਓ, ਇਹ ਸਿੱਖਣਾ ਚਾਹੁੰਦੇ। ਇਹ ਸਿੱਖ ਕੇ ਸਾਡੇ ਅੰਦਰ ਹੀ ਬੜੀ ਰਿਚਨੈਸ ਆਉਂਦੀ ਹੈ, ਬਹੁਤ ਜ਼ਿਆਦਾ, ਬਿਲਕੁਲ, ਖੁਦ ਨੂੰ ਬੜਾ ਪ੍ਰਾਊਡ ਫੀਲ ਹੁੰਦਾ ਹੈ ਜੀ। ਪੰਜਾਬ ਨੂੰ ਅੱਜ ਦੇ ਟਾਈਮ ਕਿਵੇਂ ਦੇਖਦੇ ਹੋ? ਪੰਜਾਬ ਨੂੰ ਆਈ ਥਿੰਕ ਹੁਣ ਤਾਂ ਥੋੜ੍ਹੇ ਜਾਗਰੂਕ ਹੋ ਰਿਹਾ ਯੂਥ, ਅਵੇਅਰਨੈਸ ਆ ਰਹੀ ਹੈ ਬਿਲਕੁਲ, ਕਿਉਂਕਿ ਯੂਥ ਫੈਸਟੀਵਲਸ ਹੋ ਰਹੇ ਨੇ ਕਾਲਜਸ 'ਚ, ਹੈ ਨਾ, ਅਤੇ ਉਹਦੇ ਅਕੋਰਡਿੰਗਲੀ ਬੱਚੇ ਭੰਗੜੇ, ਗਿੱਧੇ, ਲੋਕ ਸਾਜ, ਲੋਕ ਗੀਤ, ਕਵਿਸ਼ਰੀ, ਹਰ ਚੀਜ਼ 'ਚ ਪਾਰਟ ਲੈ ਰਹੇ ਨੇ, ਤਾਂ ਹੌਲੀ ਹੌਲੀ ਆਈ ਥਿੰਕ ਅਵੇਅਰਨੈਸ ਵੱਧਦੀ ਪਈ ਹੈ, ਅਤੇ ਆਈ ਥਿੰਕ ਵਧੀਆ ਗੱਲ ਹੈ ਕਿ ਯੂਥ ਇਸ ਚੀਜ਼ 'ਚ ਆਪਣਾ ਕੰਟਰੀਬਿਊਸ਼ਨ ਦੇ ਰਿਹਾ। ਅੱਛਾ, ਤੁਸੀਂ ਦੱਸਿਆ ਵੀ ਬਾਹਰ ਵੀ ਅਸੀਂ ਤੁਸੀਂ ਗਏ, ਹੈ ਨਾ, ਇਹਨਾਂ ਨੂੰ ਪਲੇ ਕੀਤਾ, ਬਾਹਰਲੇ ਲੋਕਾਂ ਦਾ ਕਿਵੇਂ ਦਾ ਰਿਸਪੋਂਸ ਸੀ? ਚਲੋ ਪੰਜਾਬੀ ਦਾ ਆਪਾਂ ਮੰਨਿਆ, ਹੁਣ ਉਹਨਾਂ ਨੂੰ ਤਾਂ ਕਿਸੇ ਕਿਸੇ ਨੂੰ ਪਤਾ ਹੀ ਹੋਊਗਾ ਵੀ ਇਹ ਅਲਗੋਜ਼ੇ ਆ, ਅਤੇ ਬਾਹਰਲੇ ਲੋਕ ਵੀ ਉੱਥੇ ਸੁਣਦੇ ਹੋਣੇ, ਉਹਨਾਂ ਦਾ ਰਿਸਪੋਂਸ ਕਿਵੇਂ ਦਾ ਰਿਹਾ? ਉਹਨਾਂ ਦਾ ਰਿਸਪੋਂਸ ਵੀ ਬੜੇ ਉਹ ਖੁਸ਼ ਹੁੰਦੇ ਸੀ, ਕਿਉਂਕਿ ਆਈ ਥਿੰਕ ਇੰਡੀਆ ਦਾ ਹੀ ਇੰਨਾ ਜ਼ਿਆਦਾ ਕਲਚਰ ਜਿਹੜਾ ਹੈਗਾ ਕਿ ਉਹਨਾਂ ਦੇ ਅਲੱਗ ਅਲੱਗ ਇੰਸਟਰੂਮੈਂਟਸ ਨੇ, ਇੰਨੇ ਜ਼ਿਆਦਾ ਟਿਊਨਸ ਨੇ ਅਲੱਗ ਅਲੱਗ, ਅਤੇ ਇੱਕ ਜਿਹੜੀ ਆਊਟਫਿਟਸ ਹੁੰਦੀਆਂ ਨੇ ਬੜੀਆਂ ਕਲਰਫੁੱਲ ਹੁੰਦੀਆਂ ਨੇ ਸਾਡੀਆਂ, ਅਤੇ ਇਸ ਚੀਜ਼ ਨੂੰ ਲੈ ਕੇ ਉਹ ਬੜਾ ਖੁਸ਼ ਹੁੰਦੇ ਸੀ, ਅਤੇ ਫਿਰ ਸਾਡੇ ਅਸੀਂ ਵਜਾਉਂਦੇ ਹੁੰਦੇ ਸੀ ਤਾਂ ਉਹ ਡਾਂਸ ਕਰ ਲੈਂਦੇ ਸੀ, ਕਦੇ ਕੋਈ ਢੋਲ ਵਜਾ ਰਹੇ ਨਾਲ ਅਲਗੋਜ਼ੇ ਵਜਾ ਰਹੇ ਨੇ, ਅਤੇ ਬੜਾ ਇੰਜੋਏ ਕਰਦੇ ਸੀ ਸਾਰੇ। ਅੱਛਾ, ਤੁਸੀਂ ਦੱਸਿਆ ਵੀ ਤੁਹਾਡੇ ਫਾਦਰ ਸਾਹਿਬ ਵੀ ਅਤੇ ਮਦਰ ਵੀ ਉਹ ਵੀ ਇਸੇ ਕਲਾ ਦੇ ਵਿੱਚੋਂ ਹੀ ਭਰਪੂਰ ਨੇ, ਉਹ ਕਹਿੰਦੇ ਵੀ ਤੁਸੀਂ ਦੱਸਿਆ ਜਿੱਦਾਂ ਉਹ ਕੀ ਕੁਛ ਕਰਦੇ ਨੇ ਉਹ? ਮੇਰੇ ਫਾਦਰ ਸਰਦਾਰ ਨਰਿੰਦਰਪਾਲ ਸਿੰਘ ਮੀਨਾ ਜੀ, ਉਹ ਇੰਡਸਟਰੀ 'ਚ ਨੇ,
ਮੂਵੀ ਇੰਡਸਟਰੀ 'ਚ ਨੇ, ਐਕਟਰ ਨੇ, ਅਤੇ ਪਲੱਸ ਪੰਜਾਬ ਦੀ ਵਿਰਸੇ ਨੂੰ ਸੰਭਾਲਣ ਦੇ ਵਿੱਚ ਬਹੁਤ ਹੀ ਜ਼ਿਆਦਾ ਉਹਨਾਂ ਦਾ ਕੰਟਰੀਬਿਊਸ਼ਨ ਹੈਗਾ। ਮੇਰੇ ਮਦਰ ਸੁਖਬੀਰਪਾਲ ਕੌਰ, ਉਹ ਵੀ ਮੂਵੀ ਲਾਈਨ 'ਚ ਹੀ ਨੇ, ਅਤੇ ਉਹਨਾਂ ਦਾ ਵੀ ਕਾਫੀ ਜ਼ਿਆਦਾ ਹੈਗਾ, ਕਿਉਂਕਿ ਅਸੀਂ ਪਿਛਲੇ ਆਈ ਥਿੰਕ ਲੋਕਡਾਊਨ ਤੋਂ ਪਹਿਲਾਂ 2 ਸਾਲ ਅਸੀਂ ਵਿਰਾਸਤੀ ਅਖਾੜਾ ਕਰਵਾਉਂਦੇ ਸੀਗੇ, ਅਤੇ ਉਹਦੇ ਵਿੱਚ ਅਸੀਂ ਕਿਸੇ ਤੋਂ ਕੋਈ ਡੋਨੇਸ਼ਨ ਨਹੀਂ ਲਿੱਤੀ ਹੈਗੀ। ਹਰ ਮਹੀਨੇ ਹੁੰਦਾ ਸੀ ਆਖਰੀ ਸੰਡੇ, ਅਤੇ ਅਸੀਂ ਯੂਥ ਵਾਸਤੇ ਹੀ ਕਰਦੇ ਸੀ ਕਿ ਬੱਚੇ ਜਿੰਨੇ ਬੱਚੇ ਹੋ ਸਕਦੇ ਨੇ ਸਾਡੇ ਨਾਲ ਜੁੜਨ, ਅਤੇ ਅਸੀਂ ਬੱਚਿਆਂ ਨੂੰ ਨਵੀਆਂ ਨਵੀਆਂ ਚੀਜ਼ਾਂ ਸਿਖਾਉਂਦੇ ਸੀਗੇ। ਅਲੱਗ ਅਲੱਗ ਸਟੇਟ ਦੇ ਡਾਂਸਰਸ ਵੀ ਬੁਲਾਏ ਨੇ, ਗੁਰਮੀਤ ਬਾਬਾ ਜੀ ਦਾ ਵੀ ਅਸੀਂ ਸ਼ੋਅ ਕਰਵਾਇਆ ਹੋਇਆ, ਅਤੇ ਬਹੁਤ ਹੀ ਅੱਛਾ ਲੱਗਦਾ ਜਦੋਂ ਯੂਥ ਵੀ ਨਾਲ ਜੁੜਦਾ। ਅਤੇ ਮੇਰੇ ਪੇਰੈਂਟਸ ਦਾ, ਪਾਪਾ ਦਾ ਬਹੁਤ ਸੀਗਾ ਡ੍ਰੀਮ ਕਿ ਕਰਨਾ ਉਹਨਾਂ ਨੇ, ਅਤੇ ਅਸੀਂ ਲੋਕਡਾਊਨ ਤੋਂ ਬਾਅਦ ਵੀ ਕਾਫੀ ਵਾਰੀ ਕੀਤਾ ਪ੍ਰੋਗਰਾਮ, ਅਤੇ ਹੌਲੀ ਹੌਲੀ ਚੱਲੀ ਜਾਂਦਾ। ਅੱਛਾ, ਤੁਹਾਨੂੰ ਤਾਂ ਬੈਕਗ੍ਰਾਉਂਡ ਵਧੀਆ ਮਿਲ ਗਿਆ ਹੈ ਨਾ, ਤਾਂ ਹੀ ਤੁਹਾਡੀ ਰੁਚੀ ਵੀ ਇਸ ਲਾਈਨ ਦੇ ਵਿੱਚ ਸੀ। ਤੁਹਾਨੂੰ ਕੀ ਲੱਗਦਾ ਕਿ ਅੱਜ ਦੇ ਮਾਂ ਬਾਪ ਦੀ ਕਿਸ ਤਰ੍ਹਾਂ ਦੀ ਰਿਸਪੋਂਸਿਬਿਲਟੀ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਲੈ ਕੇ, ਜੇ ਅਸੀਂ ਉਹਨਾਂ ਨੂੰ ਆਪਣੇ ਪੰਜਾਬੀ ਕਲਚਰ ਨਾਲ ਜੋੜਨਾ ਹੋਵੇ? ਪਹਿਲੀ ਗੱਲ ਕਿ ਇਹ ਅਸੀਂ ਮਤਲਬ ਸਾਡੇ ਵਾਸਤੇ ਵੀ ਬਹੁਤ ਇੰਪੋਰਟੈਂਟ ਇੱਕ ਹੈਗਾ ਕਿ ਜੇ ਪੇਰੈਂਟਸ ਸਾਨੂੰ ਖੁੱਲ੍ਹ ਦੇ ਰਹੇ ਨੇ ਤਾਂ ਅਸੀਂ ਨਜਾਇਜ਼ ਫਾਇਦਾ ਨਾ ਚੱਕੀਏ ਉਸ ਚੀਜ਼ ਦਾ। ਬਹੁਤ ਵੱਡੀ ਗੱਲ ਕਿ ਜੇ ਪੇਰੈਂਟਸ ਨੇ ਕਹਿਤਾ ਕਿ ਅਸੀਂ ਤੇਰੇ ਨਾਲ ਹਾਂ ਤਾਂ ਜੋ ਮਰਜ਼ੀ ਕਰੀ, ਡਜ਼ਨਟ ਮੀਨ ਕਿ ਅਸੀਂ ਕੁਛ ਵੀ ਕਰੀਏ, ਅਸੀਂ ਉਸ ਚੀਜ਼ ਨੂੰ ਇੱਕ ਵੈਲਿਊਏਬਲ ਕੋਈ ਚੀਜ਼ ਕਰੀਏ ਜਿਹਦਾ ਸਾਨੂੰ ਹੈ ਨਾ ਅੱਛਾ ਨਤੀਜਾ ਮਿਲੇ। ਉਹਨਾਂ ਦੀ ਆਜ਼ਾਦੀ ਦਾ ਮਿਸਯੂਜ਼ ਨਹੀਂ ਕਰਨਾ ਚਾਹੀਦਾ। ਜੀ ਬਿਲਕੁਲ। ਅਤੇ ਯੂਥ ਪੇਰੈਂਟਸ ਨੂੰ ਵੀ ਮੈਂ ਕਹਾਂਗੀ ਕਿ ਕੁੜੀਆਂ ਦਾ ਸਾਥ ਦੇਣ, ਕਿਉਂਕਿ ਕਈ ਵਾਰੀ ਹੁੰਦਾ ਪੇਰੈਂਟਸ ਪਿੱਛੇ ਕਹਿ ਦਿੰਦੇ ਨੇ ਨਹੀਂ ਤਾਂ ਇੱਥੋਂ ਨਹੀਂ ਹੋਣਾ, ਛੱਡ ਕੀ ਕਰਨਾ, ਇਹਦਾ ਕੀ ਫਿਊਚਰ ਹੈ, ਅਤੇ ਇਹ ਵਰਡਿੰਗਸ ਅਸੀਂ ਨਾ ਯੂਜ਼ ਕਰੀਏ, ਕਿਉਂਕਿ ਹਰ ਚੀਜ਼ ਦਾ ਫਿਊਚਰ ਹੁੰਦਾ। ਹੁਣ ਅਸੀਂ ਗੱਲ ਕਰੀਏ ਮਿਊਜ਼ਿਕ ਇੰਡਸਟਰੀ ਦੀ, ਉਹਦੇ 'ਚ ਵੀ ਹੌਲੀ ਹੌਲੀ ਲਾਈਵ ਇੰਸਟਰੂਮੈਂਟਸ ਆ ਹੀ ਰਹੇ ਨੇ। ਅਲਗੋਜ਼ੇ ਵੀ ਵਜਾਉਂਦੇ ਨੇ ਮੇਰੇ ਨਾਲ ਦੇ, ਜਿਹੜੇ ਮਨਦੀਪ ਸਿੰਘ ਨੇ, ਉਹ ਖੁਦ ਵੀ ਕਰਦੇ ਨੇ, ਪੀਸਿਸ ਦਿੰਦੇ ਨੇ, ਅਤੇ ਪੇਰੈਂਟਸ ਨੂੰ ਇਹ ਹੈ ਕਿ ਨਾ ਰੋਕਣ, ਉਹਨਾਂ ਦਾ ਸਾਥ ਦੇਣ, ਈਵਨ ਕਿ ਬੱਚੇ ਜੀ ਕਹਿ ਰਹੇ ਕਿ ਮੈਂ ਚੀਜ਼ ਕਰਨਾ ਚਾਹੁੰਦਾ ਤਾਂ ਇੱਕ ਵਾਰੀ ਟਰਾਈ ਜ਼ਰੂਰ ਕਰਨ ਦੇਣ। ਜੀ ਬਿਲਕੁਲ। ਅੱਛਾ, ਤੁਸੀਂ ਅਲਗੋਜ਼ੇ ਵਜਾਉਂਦੇ ਹੋ ਹੈ ਨਾ, ਹੋਰ ਤੁਸੀਂ ਬੜੇ ਗੁਣ ਦੱਸੇ ਆ ਆਪਣੇ, ਮਹਾਰਾਜ ਨੇ ਬੜੇ ਤੁਹਾਨੂੰ ਗੁਣ ਦਿੱਤੇ ਆ, ਇਹ ਤੋਂ ਇਲਾਵਾ ਤੁਸੀਂ ਪ੍ਰੋਫੈਸ਼ਨਲੀ ਹੋਰ ਕੀ ਕਰਦੇ ਹੋ? ਪ੍ਰੋਫੈਸ਼ਨਲੀ ਮੈਂ ਡਿਜੀਟਲ ਮਾਰਕੀਟਿੰਗ ਦੇ ਗ੍ਰਾਫਿਕ ਡਿਜ਼ਾਈਨਰ ਹਾਂ, ਵੈਬਸਾਈਟਸ ਮੈਂ ਕ੍ਰੀਏਟ ਕਰਦੀ ਹਾਂ, ਲੋਗੋਜ਼ ਵਗੈਰਾ ਕ੍ਰੀਏਟ ਕਰਦੀ ਹਾਂ, ਅਤੇ ਨਾਲ ਹੀ ਮੇਰਾ ਬੁਟੀਕ ਹੈਗਾ ਅਤੇ ਜਿਊਲਰੀ ਦਾ ਕੰਮ ਹੈ ਮੇਰਾ। ਅਮੈਰੀਕਾ, ਆਸਟ੍ਰੇਲੀਆ ਅਤੇ ਕੈਨੇਡਾ ਦੇ ਔਰਡਰਸ ਹੁੰਦੇ ਨੇ ਵੈਡਿੰਗਸ ਦੇ, ਉਹਨਾਂ ਦੇ ਸੂਟਸ ਬਣਾ ਕੇ ਭੇਜਣੇ, ਸ਼ੇਰਵਾਨੀਜ਼, ਅਚਕਨਸ ਅਤੇ ਜਿਊਲਰੀਜ਼ ਦਾ ਸਾਰਾ। ਕੀ ਬਾਤ ਹੈ ਜੀ, ਬਹੁਤ ਖੂਬ ਬਹੁਤ ਖੂਬ। ਅੱਛਾ, ਇੱਕ ਅੱਧੀ ਰੀਤ ਹੋਰ ਸੁਣਾ ਦਿਓ। ਅੱਛਾ, ਸਕੇਲ ਕਿਹੜਾ ਹੈ ਇਹ ਵੀ ਦੱਸ ਦਿਓ, ਇਹ ਵੀ ਅਲੱਗ ਅਲੱਗ ਹੁੰਦੇ ਆ ਨਾ ਇਹਨਾਂ ਦੇ ਸਕੇਲ ਵਗੈਰਾ? ਹਾਂਜੀ, ਅਲੱਗ ਅਲੱਗ ਸਕੇਲ ਹੁੰਦੇ ਨੇ ਜਿਵੇਂ 2.5 ਦਾ, 3 ਦਾ, 1 ਦਾ। ਇਹ ਕਿਹੜਾ ਸਕੇਲ ਹੈ ਇਹ? 2.5 ਦਾ ਹੈਗਾ ਜੀ। ਓਕੇ ਹਾਂਜੀ, ਚਲੋ ਆਉਣ ਦਿਓ ਜੀ। ਸਾਕ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 ਾ
ਕਿਆ ਬਾਤ ਹੈ ਜੀ, ਬਹੁਤ ਖੂਬ ਬਹੁਤ ਖੂਬ। ਅੱਛਾ, ਮਿਊਜ਼ਿਕ ਦਾ ਤੁਹਾਨੂੰ ਸ਼ੌਂਕ ਵੀ ਸੀਗਾ ਜਾਂ ਘਰਦਿਆਂ ਦੇ ਕਹਿਣ ਦੇ ਉੱਤੇ ਤੁਸੀਂ ਸਿੱਖਣਾ ਸ਼ੁਰੂ ਕੀਤਾ? ਨਹੀਂ, ਸ਼ੌਂਕ ਵੀ ਸੀਗਾ ਕਿਉਂਕਿ ਦੱਸਿਆ ਕਿ ਫੈਮਿਲੀ ਦੇ ਨਾਲ ਜਾਈਦਾ ਹੁੰਦਾ ਸੀ ਅਤੇ ਬੜਾ ਚੰਗਾ ਲੱਗਦਾ ਹੁੰਦਾ ਸੀ ਸਾਜ ਸੁਣ ਕੇ ਅਤੇ ਇੰਟਰਸਟ ਖੁਦ ਵੀ ਸੀਗਾ ਜੀ। ਇਹ ਤਾਂ ਚਲੋ ਅਲਗੋਜ਼ੇ ਦਾ ਤੁਹਾਨੂੰ ਘਰਦਿਆਂ ਨੇ ਕਿਹਾ ਹੈ ਨਾ, ਉਸਤਾਦ ਜੀ ਨੂੰ ਤੁਹਾਨੂੰ ਦੱਸਤਾ ਵੀ ਤੁਸੀਂ ਅਲਗੋਜ਼ੇ ਸਿੱਖਣੇ ਆ, ਤੁਸੀਂ ਕਿਹੜਾ ਸਾਜ ਸਿੱਖਣਾ ਚਾਹੁੰਦੇ ਸੀਗੇ? ਮੈਨੂੰ ਇਹ ਸੀਗਾ ਕਿ ਕੋਈ ਅਲੱਗ ਹੀ ਸਾਜ ਹੋਵੇ, ਜਿਵੇਂ ਕਿ ਮੈਂ ਆਹ ਸਿੱਖਿਆ ਅਤੇ ਮੈਨੂੰ ਇਹੀ ਸੀਗਾ ਕਿ ਕੋਈ ਅਲੱਗ ਸਾਜ ਹੋਵੇ ਜੀ, ਅਤੇ ਉਹ ਫਿਰ ਤੁਹਾਨੂੰ ਮਿਲੀ ਗਿਆ ਜੀ। ਉਹ ਕਹਿੰਦੇ ਮੇਰੇ ਜੇ ਅਸੀਂ ਠਾਣ ਲਈਏ ਤਾਂ ਸੱਚ ਹੋ ਹੀ ਜਾਂਦਾ ਜੇ ਅਸੀਂ ਮਿਹਨਤ ਕਰੀਏ ਜੀ। ਜਿਵੇਂ ਮੇਰੇ ਭਰਾ ਨੇ ਵੀ ਬੜਾ ਸਾਥ ਦਿੱਤਾ ਮੇਰਾ ਇਸ ਚੀਜ਼ ਦੇ ਵਿੱਚ। ਜਿਵੇਂ ਇੰਡੀਆ ਬੁੱਕ ਆਫ ਰਿਕਾਰਡਸ ਦਾ ਮੈਨੂੰ ਨਾਮ ਮੇਰਾ ਦਰਜ ਹੋਇਆ ਸੀ, ਐਪਰੀਸੀਏਸ਼ਨ ਅਵਾਰਡ ਆਇਆ ਸੀ ਮੈਨੂੰ, ਉਹਦੇ ਪਿੱਛੇ ਵੀ ਇੱਕ ਸਟੋਰੀ ਹੈਗੀ ਹੈ। ਜਦੋਂ ਮੈਂ ਨਵਾਂ ਨਵਾਂ ਸਟਾਰਟ ਕੀਤਾ ਸੀ ਅਲਗੋਜ਼ੇ ਵਜਾਉਣੇ, ਉਦੋਂ ਵੀਰੇ ਨੇ ਮੈਨੂੰ ਕਿਹਾ ਸੀਗਾ ਕਿ ਇੱਕ ਵੀਡੀਓ ਬਣਾਉਣੀ ਹੈ ਤੇਰੀ, ਬਹੁਤ ਜਿੰਨੇ ਵੀ ਹੋ ਸਕਦਾ ਜਿੰਨੀ ਵੀ ਦੇਰ ਵਜਾ ਸਕਦੀ ਹਾਂ ਉੰਨੀ ਦੇਰ ਵਜਾ ਕੇ, ਅਤੇ ਇੱਕ ਮੈਂ ਵੀਡੀਓ ਬਣਾਉਣੀ ਹੈ ਤੇਰੀ। ਮੈਂ ਕਿਹਾ ਕੀ ਕਰਨੀ ਹੈ ਵੀਰਾ? ਕਹਿੰਦੇ ਵੈਸੀ ਚਾਹੀਦੀ ਹੈ। ਮੈਂ ਕਿਹਾ ਓਕੇ, ਅਤੇ ਮੈਂ ਇੱਕ ਵੀਡੀਓ ਬਣਾਈ ਅਤੇ ਫਿਰ ਜਦੋਂ ਆਈ ਥਿੰਕ ਥੋੜ੍ਹੇ ਟਾਈਮ ਬਾਅਦ ਹੀ ਵੀਰੇ ਨੇ ਅਪਲਾਈ ਕਰਤਾ ਸੀਗਾ, ਅਤੇ ਮੇਰੇ ਬਰਥਡੇ ਤੋਂ ਥੋੜ੍ਹੇ ਟਾਈਮ ਪਹਿਲਾਂ ਹੀ ਘਰ ਆ ਗਿਆ ਸੀ ਅਵਾਰਡ, ਅਤੇ ਉਹਨਾਂ ਨੇ ਮੇਰੇ ਬਰਥਡੇ ਵਾਲੇ ਦਿਨ ਰਾਤੀ 12 ਵਜੇ ਮੈਨੂੰ ਸਰਪ੍ਰਾਈਜ਼ ਦਿੱਤਾ ਭਰਾ ਨੇ। ਬਹੁਤ ਖੂਬ ਜੀ। ਕਿੰਨੇ ਮਿੰਟ ਵਜਾਇਆ ਸੀ ਫਿਰ ਤੁਸੀਂ ਲਗਾਤਾਰ? ਉਦੋਂ ਮੈਂ 7:30 ਦੇ ਕਰੀਬ ਵਜਾਇਆ ਸੀਗਾ ਜੀ। ਬੜਾ ਔਖਾ 7 ਮਿੰਟ ਇੱਕਦਮ ਸਾਹ ਰੋਕ ਕੇ ਨਾਲ ਦੀ ਨਾਲ, ਕਿਉਂਕਿ ਇਹਦੇ ਵਿੱਚ ਤਾਂ ਕੋਈ ਗੁੰਜਾਇਸ਼ ਹੀ ਨਹੀਂ ਹੈਗੀ ਸਾਹ ਰੋਕਣ ਦੀ, ਹੈ ਨਾ, ਨਾਲ ਦੀ ਨਾਲ ਹੀ ਵਜਾਉਣਾ ਹੁੰਦਾ ਜੀ, ਕਿਉਂਕਿ ਸਾਹ ਜੇ ਇੱਕ ਵਾਰੀ ਵੀ ਰੁਕ ਜੇ ਨਾਲ ਦੀ ਨਾਲ ਗੋਸੇ ਬੰਦ ਹੋ ਜਾਂਦੇ ਨੇ ਤੇ ਫਿਰ ਉੱਥੇ ਪਤਾ ਲੱਗ ਜਾਂਦਾ ਕਿ ਸਾਹ ਰੁਕਿਆ। ਕਿਆ ਬਾਤ ਹੈ। ਅੱਛਾ, ਜਿੱਦਾਂ ਹੁਣ ਆਪਾਂ ਹਾਰਮੋਨੀਅਮ ਵਜਾਉਂਦੇ ਹਾਂ ਜਾਂ ਆਪਾਂ ਸਿੰਗਰ ਹਾਂ, ਹੈ ਨਾ, ਆਪਾਂ ਗਾਉਂਦੇ ਹਾਂ ਤਾਂ ਰਿਆਜ਼ ਦੀ ਬੜੀ ਲੋੜ ਹੁੰਦੀ ਹੈ, ਇਹਦੇ ਵਾਸਤੇ ਵੀ ਰਿਆਜ਼ ਦੀ ਲੋੜ ਹੁੰਦੀ ਜਾਂ ਸਿੱਖ ਲਿਆ ਤਾਂ ਫਿਰ ਜਦੋਂ ਵੀ ਆਪਾਂ ਕਿਸੇ ਵੀ ਟਾਈਮ ਵਜਾ ਸਕਦੇ ਹਾਂ ਜਾਂ ਰਿਆਜ਼ ਜ਼ਰੂਰੀ ਹੈ ਇਹਦੇ ਵਿੱਚ ਵੀ? ਰਿਆਜ਼ ਤਾਂ ਹਰ ਚੀਜ਼ ਜ਼ਰੂਰੀ ਹੈ, ਆਪਾਂ ਕੁਛ ਵੀ ਕਰੀਏ, ਭਾਵੇਂ ਹੱਥੀਂ ਕੰਮ ਕਰ ਰਹੇ ਹਾਂ, ਭਾਵੇਂ ਸਾਹ ਦਾ ਕੁਛ ਵੀ ਹੈ, ਰਿਆਜ਼ ਹਰ ਚੀਜ਼। ਜਿੱਦਾਂ ਹੁਣ ਤੁਸੀਂ ਦੱਸਿਆ ਵੀ ਮੈਂ ਗੱਤਕਾ ਵੀ, ਹੈ ਨਾ, ਤੁਸੀਂ ਪਲੇ ਕਰਦੇ ਹੋ, ਉਹ ਜੇ ਆਪਾਂ ਉਹਦੀ ਵੀ ਪ੍ਰੈਕਟਿਸ ਨਹੀਂ ਕਰਾਂਗੇ ਤਾਂ ਮੈਨੂੰ ਲੱਗਦਾ ਉਹ ਵੀ ਭੁੱਲ ਜਾਂਗੇ। ਬਿਲਕੁਲ, ਅਤੇ ਅਲਗੋਜ਼ਿਆਂ ਦਾ ਵੀ ਇੱਦਾਂ ਹੀ ਹੈਗਾ ਕਿ ਜੇ ਇੰਨੀ ਪ੍ਰੈਕਟਿਸ ਕਰਾਂਗੇ ਸਾਡਾ ਸਾਹ ਪੱਕਦਾ ਰਹੇਗਾ, ਕਿਉਂਕਿ ਜੇ ਛੱਡ ਦੇਵਾਂਗੇ ਨਾ ਫਿਰ ਸਾਹ ਸਾਡਾ ਥੋੜ੍ਹਾ ਡਾਊਨ ਵੀ ਆ ਜਾਂਦਾ, ਫਿਰ ਉਵੇਂ ਸਾਹ ਫੁੱਲਣ ਲੱਗ ਜਾਂਦਾ। ਸੋ ਡਾਇਟ ਵੀ ਦੇਖਣੀ ਪੈਂਦੀ ਹੈ, ਸਾਹ ਵੀ ਦੇਖਣਾ ਪੈਂਦਾ, ਪ੍ਰੈਕਟਿਸ ਵੀ ਦੇਖਣੀ। ਅੱਛਾ, ਡਾਇਟ ਵੀ ਦੇਖਣੀ ਪੈਂਦੀ ਇਹਦੇ ਵਿੱਚ? ਹਾਂਜੀ, ਕਿਉਂਕਿ ਗਲੇ ਦਾ ਕੰਮ ਹੈ, ਠੰਡਾ ਖੱਟਾ ਐਵੇਂ ਦਾ ਕੁਛ ਨਹੀਂ ਬਹੁਤਾ ਪੁਆਇੰਟ ਟੇਕ ਕਰ ਸਕਦੇ। ਅੱਛਾ ਅੱਛਾ, ਮਤਲਬ ਪੂਰਾ ਜਿੱਦਾਂ ਸਿੰਗਰ ਆਪਣਾ ਖਿਆਲ ਰੱਖਦੇ ਆ ਉਦਾਂ ਹੀ ਤੁਹਾਨੂੰ ਵੀ ਰੱਖਣਾ ਪੈਂਦਾ। ਜੀ ਬਿਲਕੁਲ, ਕੋਲਡ ਤੋਂ ਬਚਣਾ ਪੈਂਦਾ ਮੇਨ ਤਾਂ, ਕਿਉਂਕਿ ਸਾਰੇ ਤਾਂ ਨੱਕ ਦਾ ਕੰਮ ਹੈ, ਗਲੇ ਦਾ ਕੰਮ ਹੈ, ਸੋ ਬਹੁਤ ਜ਼ਿਆਦਾ ਪਰਹੇਜ਼ ਰੱਖਣਾ ਪੈਂਦਾ। ਠੀਕ ਹੈ, ਚਲੋ ਬਹੁਤ ਵਧੀਆ। ਅੱਛਾ, ਨਵੀਂ ਪੀੜ੍ਹੀ ਨੂੰ ਤੁਸੀਂ ਕੀ ਜਾਂ ਆਪਣੇ ਵਰਗਿਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਦੇ ਟਾਈਮ 'ਚ? ਮੈਂ ਇੱਕ ਚੀਜ਼ ਕਹਾਂਗੀ ਕਿ ਆਪਾਂ ਜਿਹੜਾ ਸੋਸ਼ਲ ਮੀਡੀਆ ਹੈਗਾ ਉਹਦਾ ਆਪਾਂ ਇੱਕ ਅੱਛਾ ਫਾਇਦਾ ਚੱਕੀਏ ਕਿ ਆਪਾਂ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰੀਏ, ਆਪਾਂ ਇਹਨਾਂ ਜਿਹੜੇ ਇਹ ਚੀਜ਼ਾਂ ਨੂੰ ਵਜਾਉਂਦੇ ਨੇ ਆਪਾਂ ਉਹਨਾਂ ਨੂੰ ਵੀ ਪ੍ਰਮੋਟ ਕਰੀਏ, ਕਿਉਂਕਿ ਅੱਜ ਕੱਲ੍ਹ ਮੈਂ ਦੇਖ ਰਹੀ ਹਾਂ ਕਿ ਰੀਲਸ 'ਤੇ ਜਿਹੜਾ ਨੋਨ ਟੈਲੈਂਟਡ ਬੰਦਾ ਆਈ ਥਿੰਕ ਉਹ ਜ਼ਿਆਦਾ ਫੇਮਸ ਹੋ ਜਾਂਦਾ, ਆ ਟੈਲੈਂਟ ਵਾਲਾ ਬਹੁਤ ਨੀਚੇ ਰਹਿ ਜਾਂਦਾ, ਅਤੇ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਨਹੀਂ ਕਰਦੇ ਹਾਂ ਕਿ ਸਾਡਾ ਯੂਥ ਕੁਛ ਕਰਦਾ ਪਿਆ, ਅਸੀਂ ਉਹਨੂੰ ਅੱਗੇ ਲੈ ਕੇ ਆਈਏ। ਬਿਲਕੁਲ ਬਿਲਕੁਲ। ਤਾਂ ਇੱਕ ਚੀਜ਼ ਕਹਾਂਗੀ ਕਿ ਜਿੰਨਾ ਵੱਧ ਹੋ ਸਕੇ ਜਿਹੜੇ ਕੁਛ ਨਾ ਕੁਛ ਕਰ ਰਹੇ ਨੇ ਆਪਣੇ ਕਲਚਰ ਵਾਸਤੇ, ਉਹਨਾਂ ਨੂੰ ਆਪਾਂ ਅੱਗੇ ਲੈ ਕੇ ਆਈਏ। ਮੈਨੂੰ ਲੱਗਦਾ ਅੱਜ ਹਰ ਕੋਈ ਡਿਪਰੈਸ਼ਨ ਦੇ ਵਿੱਚ ਆ, ਹੈ ਨਾ, ਬੜਾ ਹਰੇਕ ਦੀਆਂ ਆਪਣੀਆਂ ਆਪਣੀਆਂ ਟੈਨਸ਼ਨਾਂ ਨੇ, ਮੈਨੂੰ ਲੱਗਦਾ ਕੋਈ ਨਾ ਕੋਈ ਉਹਨੂੰ ਸਾਜ ਜ਼ਰੂਰ ਸਿੱਖਣਾ ਚਾਹੀਦਾ। ਤੁਹਾਨੂੰ ਲੱਗਦਾ ਵੀ ਕੋਈ ਨਾ ਕੋਈ ਅਸੀਂ ਜਦੋਂ ਸਾਜ ਖੁਦ ਪਲੇ ਕਰਦੇ ਹਾਂ ਸਾਨੂੰ ਸਕੂਨ ਵੀ ਮਿਲਦਾ, ਕਿਤੇ ਨਾ ਕਿਤੇ ਅਸੀਂ ਟੈਨਸ਼ਨ ਤੋਂ ਵੀ ਫ੍ਰੀ ਹੋ ਜਾਂਦੇ ਹਾਂ। ਬਿਲਕੁਲ, ਇੱਕ ਅੱਜ ਕੱਲ੍ਹ ਦਾ ਆਈ ਥਿੰਕ ਲਾਈਫ ਸਟਾਈਲ ਬੜਾ ਸਟ੍ਰੈਸਫੁਲ ਹੋ ਗਿਆ ਕਿ ਕੋਈ ਜੋਬ ਕਰ ਰਿਹਾ ਤਾਂ ਜੋਬ ਤੋਂ ਘਰੇ ਆ ਗਿਆ, ਘਰੇ ਘਰ ਦੀਆਂ ਪ੍ਰੋਬਲਮ ਸਾਰਾ ਕੁਛ ਬਹੁਤ ਜ਼ਿਆਦਾ ਮੈਸਅਪ ਹੋ ਜਾਂਦਾ, ਅਤੇ ਆਈ ਥਿੰਕ ਕੁਛ ਪਲ ਆਪਣੇ ਲਈ ਕੱਢਣਾ ਚਾਹੀਦਾ, ਜਿਹਨੂੰ ਜੋ ਚੀਜ਼ ਪਸੰਦ ਹੈ, ਕਿਸੇ ਨੂੰ ਲਿਖਣਾ ਪਸੰਦ ਹੁੰਦਾ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ,
ਤੇ ਮੈਨੂੰ ਜਿਵੇਂ ਸਾਜ ਵਜਾਉਣਾ ਪਸੰਦ ਹੈ ਤੇ ਮੈਨੂੰ ਐ ਲੱਗਦਾ ਕਿ ਨਹੀਂ ਬਹੁਤ ਜ਼ਿਆਦਾ ਸਟ੍ਰੈਸ ਹੋ ਰਿਹਾ ਤੇ ਅਲਗੋਜ਼ੇ ਜਦੋਂ ਵਜਾਉਂਦੇ ਹਾਂ ਤਾਂ ਆਟੋਮੈਟਿਕਲੀ ਬ੍ਰੇਨ ਬੜਾ ਸ਼ਾਂਤ ਹੋ ਜਾਂਦਾ ਹੈ। ਬਿਲਕੁਲ ਬਿਲਕੁਲ ਸਹੀ ਗੱਲ ਜੀ, ਬੜਾ ਵਧੀਆ ਲੱਗਿਆ ਗੱਲਬਾਤ ਕਰਕੇ, ਬਹੁਤ ਸ਼ੁਕਰੀਆ ਟਾਈਮ ਕੱਢਣ ਵਾਸਤੇ ਤੇ ਪ੍ਰਾਊਡ ਵੀ ਫੀਲ ਹੋ ਰਿਹਾ ਤੇ ਤੁਹਾਡੀ ਜਿਹੜੀ ਇਹ ਕਲਾ ਹੈ, ਵਾਹਿਗੁਰੂ ਇੱਦਾਂ ਹੀ ਕਿਰਪਾ ਬਣਾਈ ਰੱਖਣ ਤੁਹਾਡੇ 'ਤੇ, ਦੇਸ਼ਾਂ ਵਿਦੇਸ਼ਾਂ ਤੱਕ ਤੁਸੀਂ ਇੱਦਾਂ ਹੀ ਨਾਮ ਰੋਸ਼ਨ ਕਰਦੇ ਰਹੋ ਆਪਣੇ ਮਾਪਿਆਂ ਦਾ, ਪੰਜਾਬ ਦਾ, ਅਤੇ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ।